पहली बार जिंदगी च भाई ने सुनया नहीं, जिंदगी च पहली बार जिम कहना कहीं भाई मैं लै के आया जिम साइकिल। हां पहली बार सही गल आ, नवा साइकिल नहीं लूंडा पे वाला बहरीन वाला बंदा ये अपनी लाइफ ओए ने फिर अली ये गांडा जी जी मित्रो किवें हाल चाल ने, हां जी उम्मीद करदा ठीक ठाक हो। इदा ब्लॉग करदे जी शुरू, तो चलिए शुरू करते हैं। सो करे रहिए हणा ब्लॉग, रंग मार या फिल्टर चक लईए ब्राइटनेस। अज बंद लगी आ महफल ते दिखाउंदे आ तुहानू एक्सपीरियंस दुबई दुबई दा। ए ने अपने शीतू साहब, शीतू साहब कितना वधिया वधिया होर कितना जी महाराज ठीक ठाक चढ़दी कला बहुत वधिया शीतू साहब। ए जी अपने शीतू साहब, सो ब्राइडर ज्यादा चक हो गई। सो अज का मौसम होया जी बहुत ज्यादा घैंट, ते वेदर तुसीं देख सकदे हो मीह पै के हटिया वा, हुण तीन चार दिन का मीह दस्या पिया वा। भाजी मीह किन्ने दिन का? परसों चौथ तो बाद खत्म आ, ते बाकी मौसम का पूरा पूरा आनंद माण रहे हैं जी। ते पिछे जगह ते महफल लगी भाई, बंदे अपने इधर आ दो, ते बाकी गए आ जी मत्था टेकन, रब रुब का नाम भी लैने चाहिए वा। बाकी महफल दिखाते अज वधिया वधिया चीजा, तुहानू एक्सपीरियंस दिखाते दवाई का बहरीन का एक्सपीरियंस की सी मुंडिया का, की करते रहे बंदे साडे उत्थे। इहने आतू भाजी ते नहीं ए सोनी सोनी, ते आ इहनू तां तुसीं जाणदे ही हो, एंट्रो दसण दी लोड़ ही नहीं, तुसीं सारे जणे जाणदे हो। बाकी इहनां दा इहदा बहरीन दा भाई तो दुबई का एक्सपीरियंस। ए ने आतू भाजी, आतू भाजी की हाल चाल ने? वधिया वधिया ठीक ठाक पुत्तो। भाजी हुणे कुछ भाजी एक्सपीरियंस दसो, दुबई लाइफ किद्दां दी सी? अरब लाइफ सही भी आ नहीं भी सही? किन्ना चिर दा एक्सपीरियंस? मैं तो 15 साल। 15 साल दा भाजी नूं एक्सपीरियंस आ दुबई दे विच, दा फायदा चीज वधिया वा देखण वाली आ। ते ओह पिछे मोटा ਉਹ ਆਪਣੇ ਕੇ ਸੋਨੀ ਜੀ ਯੁਗਾਂਡਾ ਜੀ ਤੇ ਮੋਟਾ ਭਾਜੀ ਕਿੱਦਾਂ ਦੀ ਲਾਈਫ ਆ ਮਾਰ? ਲਾਈਫ ਵਧੀਆ ਵੀ ਆ ਨਹੀਂ ਵੀ ਵਧੀਆ? ਵਧੀਆ ਕਿੱਦਾਂ ਪਹਿਲਾਂ ਵਧੀਆ ਦਾ ਪੁੱਛਦੇ ਆ। ਵਧੀਆ ਇਦਾਂ ਆ ਜਦੋਂ ਤੋ ਤਨਖਾਹ ਆਉਂਦੀ ਆ 5-6 ਦਿਨ ਵਧੀਆ ਹੀ ਵਧੀਆ ਆ। ਅੱਛਾ ਜੀ, ਐ ਨਜ਼ਾਰੇ ਆ ਜੋ ਮਰਜ਼ੀ ਘੁੰਮੋ ਖਾਓ ਪੀਓ ਨਜ਼ਾਰੇ ਆ। ਅੱਛਾ, ਤਾਂ ਜਦੋਂ 5-6 ਦਿਨ ਵੇ ਜਦੋਂ ਸਾਂਭਲਾ ਪੈਸੇ ਘਰ ਨੂੰ ਬਾਤੇ ਕਿਆ ਬੰਦੇ ਨਾਲ ਬਲਦਾ ਬੰਦੇ ਰੱਖਦੇ ਆ ਕੋਲ ਰੱਖਦੇ 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 ਜੀ। ਜਦੋਂ ਕਹੇ ਘਰ ਨੂੰ ਬਾਂਦੇ ਆ ਫੇਰ ਬੰਦੇ ਪਤਾ ਕਹਿੰਦੇ ਯਾਰ ਮਹੀਨਾ ਕਦੋਂ ਆਉਣਾ ਵੀ ਹੁਣ ਗਰਮੀ ਚ ਮਾਮਾ ਬਣਾ ਹਨਾ। ਬੜਾ ਫਰਕ ਹੈ ਉੱਥੇ, 1:30 ਵਜੇ 3 ਵਜੇ ਉੱਠਣਾ ਪੈਂਦਾ ਹਰ ਰੋਜ਼। ਬੋਟ ਆਫ ਲਾਈਫ ਆ ਫਿਰ ਬਹੁਤ ਉੱਥੇ ਔਖਾ ਜੀ, ਗਰਮੀ ਬਹੁਤ ਆ, ਯਾਨੀ ਕਿ ਇਦਾਂ ਦਾ ਮਾਹੌਲ ਨਹੀਂ ਹੈਗਾ ਘੁੰਮਣ ਫੇਰਨੇ ਨੂੰ, ਐ ਨਹੀਂ ਅੱਜ ਦਾ ਹੁਣ ਬੈਠੇ ਆ, ਇਹ ਚੀਜ਼ਾਂ ਨਹੀਂ ਮਿਲਦੀਆਂ ਉੱਥੇ। ਇਹ ਚੀਜ਼ਾਂ ਵਾਕਈ ਬਿਲਕੁਲ ਕੰਮ ਆ ਜੀ, ਕੰਮ ਹਰ ਟਾਈਮ ਕੰਮ ਕੰਮ ਕੰਮ। ਉਹ ਕਹਿੰਦੇ ਆ ਨਾ ਜਿੱਦਾਂ ਕੰਮ ਤੋਂ ਆ ਜਾਓ ਚਲੇ ਗਏ, ਕੰਮ ਤੋਂ ਆ ਗਏ ਚਲੇ ਗਏ, ਬਸ ਬਸ ਇਹੀ ਆ। 3:30 ਵਜੇ ਉੱਠ ਜਾਓ, 4:30 ਬੱਸ ਲੱਗੀ ਆ, ਜੇ ਚੜ ਗਏ ਤੇ ਦਿਹਾੜੀ ਲੱਗ ਜਾਣੀ, ਨਹੀਂ ਚੜੇ ਤਾਂ ਛੁੱਟੀ ਆ। ਇੱਕ ਦੇ ਸਿੱਧੇ 120 ਦਰਾਮ ਕੱਟ ਹੁੰਦੇ ਆ, ਸਿੱਧਾ ਇੰਡੀਆ ਦਾ ਬਣ ਗਿਆ ਉਹ 2500 ਰੁਪਈਆ ਬਈ, ਇੱਕ ਛੁੱਟੀ ਦਾ 2500 ਦੇਖ ਲਓ ਮਿੱਤਰੋ ਇਦਾਂ। ਬਾਕੀ ਲਾਈਫ ਤਾਂ ਹੈਗੀ ਯਾਰ ਬਹੁਤ ਜ਼ਿਆਦਾ ਟਫ ਜਿੱਦਾਂ ਭਾਈ ਨੇ ਦੱਸਿਆ ਵਾ। ਸੋ ਜਾ ਕੇ ਤਾਂ ਮੈਂ ਵੀ ਆਇਆ ਪਰ ਮੈਂ ਗਿਆ, ਆ ਪਹਿਲਾਂ ਵਿੱਚ ਬੰਦੇ ਬੋਲੀ ਜਾਂਦੇ ਆ, ਆ ਦੇਖੋ ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ? ਦਵਾਈ ਦੇ ਵਿੱਚ ਦੇਖਣ ਵਾਲੀਆਂ ਤਾਂ ਬਹੁਤ ਵਧੀਆ ਚੀਜ਼ਾਂ, ਪਰ ਦਵਾਈ ਇਸ ਵੇਲੇ ਭਾਜੀ ਨੰਬਰ 1 ਤੇ ਆ। ਦਵਾਈ ਇਸ ਟਾਈਮ ਤੇ ਹਟਾ ਮੈਂ ਦੋਣਾ ਬਣਨਾ ਉਹ ਦਵਾਈ ਕਿ ਦਵਾਈ ਦਾ ਯੂਰਪ ਬਣ ਜਾਣਾ ਦਾ ਵੀਜ਼ਾ ਲੈਣ ਨੂੰ ਵੀ ਔਖਾ ਹੋਣਾ, ਵੀਜ਼ੇ ਨਹੀਂ ਮਿਲਣੇ, ਵੀਜ਼ੇ ਨਹੀਂ ਮਿਲਣੇ ਇਹਦੇ, ਮਿਲਣੇ ਆ ਵੀਜ਼ਾ ਜੇ ਮਿਲਿਆ ਤਾਂ, ਤੇ ਉਦਾਂ ਜਿੱਦਾਂ ਕੰਪਨੀਆਂ ਵੀਜ਼ੇ ਲੱਗਦੇ ਇਦਾਂ ਨਹੀਂ ਲੱਗਣੇ ਯਕਦਮ, ਜਿੱਦਾਂ 2 ਸਾਲ ਦੇ ਹੋਣ ਲੱਗਦੇ। ਹਾਂ ਭਾਜੀ ਮੈਂ ਤੁਹਾਨੂੰ ਉਹੀ ਦੱਸਦਾ ਫਰੈਂਡਸ, ਮੈਂ ਨਾ 2019 ਦੇ ਵਿੱਚ ਨਾ ਘੁੰਮਣ ਫਿਰਨੇ ਗਿਆ ਹੈਗਾ, ਤੇ ਚਲੋ ਆਪਣੇ ਇੱਧਰ ਗਰਮੀ ਦਾ ਬਹੁਤ, ਕਿਉਂਕਿ ਕਿੰਨੇ ਦਿਨ ਹੋ ਗਏ ਗਰਮੀ ਇੰਨੀ ਪੈ ਰਹੀ ਆ ਕਿ ਪੁੱਛੋ ਨਾ ਭਾਜੀ। ਇੱਥੇ 3 ਦਿਨ ਪਏ ਗਰਮੀ, ਸਾਰੀ ਅਕਲ ਆ ਗਈ, ਇਹ ਤੋਂ ਜ਼ਿਆਦਾ ਹਨਾ 10% ਇਹ ਤੋਂ ਜ਼ਿਆਦਾ ਦੁਬਈ ਚ ਗਰਮੀ ਪੈਂਦੀ ਆ। ਤੇ ਤੁਸੀਂ ਆਪ ਸੋਚੋ ਜਿਹੜੇ ਹੈਲਪਰ ਆ ਜਿਹੜੇ ਰਾਜ ਮਿਸਤਰੀ ਵਗੈਰਾ ਵਾ ਉਹਨਾਂ ਦਾ ਕੀ ਹਾਲ ਹੁੰਦਾ ਹੋਗਾ? ਉੱਥੇ ਸੇਫਟੀ ਪੂਰੀ ਆ, ਬੂਟ ਪਾ ਕੇ ਰੱਖਣੇ, ਜੈਕਟ ਪਾ ਕੇ ਰੱਖਣੀ, ਵਰਦੀ ਪਾ ਕੇ ਰੱਖਣੀ ਆ, ਹੈਲਮਟ ਲੈ ਕੇ ਰੱਖਣਾ ਨਾ,
ਹਰੇਕ ਚੀਜ਼ ਤਾਂ ਲੈ ਸੇਫਟੀ ਪੂਰੀ ਕਰਨੀ ਪੈਂਦੀ ਇੱਥੇ ਤਾਂ ਆਪਾਂ ਕੱਚਾ ਪਾ ਕੇ ਕੰਮ ਕਰ ਲਈਏ ਚਵਲਾਂ ਪਾ ਕੇ ਕਰ ਲਈਏ ਪਰ ਉੱਥੇ ਨਹੀਂ ਉੱਥੇ ਨੇ ਤਾਂ ਸੇਫਟੀ ਵਾਲਾ ਅਗਲਾ ਕਹਿੰਦਾ ਦਿਹਾੜੀ ਕੱਢ ਦਿੰਦੇ ਚਲੋ ਰੈਸਟ ਏਰੀਏ ਬਾਹਰ ਕੱਢ ਦਿੰਦਾ ਜੀ ਬੋਟ ਆਫ ਲਾਈਫ ਆ ਪਰ ਭਾਜੀ ਕਈ ਬੰਦੇ ਦਾ ਕੰਮ ਵੀ ਸੂਦਾ ਪਰ ਕਈ ਬੰਦੇ ਦੇ ਪੈਸੇ ਵੀ ਬਹੁਤ ਵਧੀਆ ਬਣਦੇ ਆ ਪਰ ਦਵਾਈਆਂ ਨੇ ਰੋਟੀਆਂ ਵੀ ਬਹੁਤ ਜਾਣਿਆਂ ਨੂੰ ਦਿੱਤੀਆਂ ਵਾ ਜੇ ਬੰਦਾ ਉੱਥੇ ਲੇਬਰ ਕਰਦਾ ਵੀ ਆ ਤੇ ਪਰ ਆਣ ਕੇ ਰਾਤ ਨੂੰ ਏਸੀ ਚ ਸੌਂਦਾ ਨਜ਼ਾਰੇ ਨਾਲ ਏਸੀ ਐਨ ਵਧੀਆ ਰੂਮ ਆ ਟੌਪ ਦੇ ਵਧੀਆ ਰੂਮ ਆ ਖਾਣਾ ਪੀਣਾ ਵਧੀਆ ਜੇ ਇੱਕ ਬੰਦਾ ਕਮਾਉਂਦਾ ਤੇ ਚਾਰ ਪਿਛੇ ਖਾਂਦੇ ਵਧੀਆ ਖਾਂਦੇ ਆ ਨਜ਼ਾਰੇ ਵਧੀਆ ਵਧੀਆ ਟੌਪ ਇੱਥੇ ਜੇ ਹੁਣ ਇੱਕ ਬੰਦਾ ਦਿਹਾੜੀ ਲੱਗਾ ਆ ਤੇ ਚਾਰ ਜਣੇ ਖਾਣ ਵਾਲੇ ਉਹ ਜਾਨੀ ਕਰਜ਼ਾ ਚੜਦਾ ਆ ਕਰਜ਼ਾ ਚੜਦਾ ਜੀ ਲਾਈਫ ਵਧੀਆ ਨਹੀਂ ਹੈਗੀ ਇੱਥੇ ਬਿਲਕੁਲ ਬਿਲਕੁਲ ਦਿਹਾੜੀਦਾਰ ਬੰਦੇ ਦੀ ਸੋ ਇਹ ਆ ਜੀ ਦਵਾਈ ਦੀ ਲਾਈਫ ਬਾਰੇ ਹਲੇ ਥੋੜਾ ਹੀ ਹੈਗਾ ਜੀ ਬਹਿਰੀਨ ਦੇ ਵਿੱਚੋਂ ਆਇਆ ਇਹ ਬੰਦਾ ਦੇਖੋ ਦਿਖਾ ਨਹੀਂ ਰਿਹਾ ਚੱਲ ਬਹਿ ਜਾ ਓਏ ਬੈਠ ਕੇ ਸੋ ਇਹ ਬੰਦਾ ਆਪਣਾ ਆਇਆ ਬਹਿਰੀਨ ਚੋਂ ਥੋੜਾ ਗੱਲ ਨਾ ਆਪਣੀ ਲਾਈਫ ਦੱਸਣ ਨੂੰ ਇਹ ਥੋੜਾ ਜਿਹਾ ਸੰਗਦਾ ਜਿਹਾ ਆ ਰਿਹਾ ਏ ਕਬਰ ਆ ਜਾ ਰਿਹਾ ਵਾ ਕਹਿੰਦਾ ਸੋ ਬਾਕੀ ਅਲੀ ਬੈਠੂਗਾ ਨੀ ਬੈਠ ਇਹ ਨੇ ਇਹ ਨੇ ਅਲੀ ਜਗਾਂਡਾ ਜੀ ਅਲੀ ਜਗਾਂਡਾ ਜੀ ਆਪਣੀ ਲਾਈਫ ਦੱਸਣ ਤੋਂ ਡਰਦੇ ਤੇ ਬੰਦਾ ਸ਼ਰਮਾਉਂਦਾ ਕੈਮਰੇ ਮੂਹਰੇ ਹੁਣ ਤੂੰ ਆਪਣੀ ਨਹੀਂ ਲਾਈਫ ਦੱਸ ਨਹੀਂ ਸਕਦਾ ਬੰਦਾ ਜਿਹੜੇ ਮਰਜ਼ੀ ਵਿਆਹ ਤੇ ਲੈ ਜਾਓ ਭੋਗ ਤੇ ਲੈ ਜਾਓ ਇਹ ਬੰਦੇ ਨੂੰ ਇਹ ਬੰਦਾ ਨਹੀਂ ਜੀ ਸੰਗਦਾ ਅਲੀ ਦਾ ਅਜਗਰ ਸੋ ਤੁਸੀਂ ਮੇਰੇ ਬਲੌਗ ਦੇ ਵਿੱਚ ਦੇਖਿਆ ਵੀ ਹੋਊਗਾ ਜਗਾਂਡੇ ਦੇ ਨਾਂ ਤੋਂ ਫੇਮਸ ਆ ਇਹ ਬੰਦਾ ਕਿਹੜੇ ਨਾਂ ਤੋਂ ਜਗਾਂਡੇ ਤੋਂ ਇਹ ਬੰਦਾ ਬਹਿਰੀਨ ਦੇ ਵਿੱਚ ਰਿਹਾ ਸੋ ਇਹ ਸੀਗੀ ਦਵਾਈ ਦੀ ਸਟੋਰੀ ਦਵਾਈ ਲਾਈਫ ਦੀ ਸੋ ਬਹਿਰੀਨ ਵਾਲਾ ਤਾਂ ਜੀ ਬੋਲਿਆ ਨਹੀਂ ਚੁੱਪ ਹੀ ਧਾਰ ਗਿਆ ਉੱਦਾਂ ਕਰਦਾ ਰਹਿੰਦਾ ਵਾ ਸੋ ਜ਼ਿੰਦਗੀ 'ਚ ਪਹਿਲੀ ਵਾਰ ਮੈਂ ਜਿੰਮ ਕਹਿੰਦਾ ਗਿਆ ਹੈਗਾ ਪਹਿਲੀ ਵਾਰ ਜ਼ਿੰਦਗੀ 'ਚ ਭਾਈ ਨੂੰ ਸੁਣਿਆ ਨਹੀਂ ਜ਼ਿੰਦਗੀ 'ਚ ਪਹਿਲੀ ਵਾਰ ਜਿੰਮ ਕਹਿੰਦਾ ਗਿਆ ਭਾਈ ਮੈਂ ਲੈ ਕੇ ਆਇਆ ਜੀ ਨੂੰ ਸਾਈਕਲ ਹਾਂ ਪਹਿਲੀ ਵਾਰ ਸਹੀ ਗੱਲ ਆਏ ਨਵਾਂ ਸਾਈਕਲ ਨਹੀਂ ਲੁੰਡਾ ਮੈਂ ਤੋਂ ਉੱਤੇ ਬਿਠਾ ਕੇ ਨਹੀਂ ਜਾਂਦਾ ਪਹਿਲੀ ਵਾਰ ਆਏ ਸੀ ਮੈਂ ਆਈ ਥਿੰਕ ਉਦੋਂ ਕਿੰਨੇ ਚਿਰ ਤੇ 5-6 ਸਾਲ ਦਾ ਸੀ ਜਦੋਂ ਮੈਂ ਭਾਈ ਨਾਲ ਤੜਾ ਕਿੰਨਾ ਮੁੰਡਾ ਆ ਸੀ ਤੂੰ ਤਾਂ ਆਲੀ 5-6 ਸਾਲ ਦਾ ਬਾਲਾ 5-6 ਸਾਲ ਦਾ ਜਦੋਂ ਮੈਂ ਮੁੰਡਾ ਸੀ ਦੇਖ ਲਾ ਪਹਿਲੀ ਵਾਰ ਭਾਜੀ ਨਾਲ ਗਿਆ ਸੀਗਾ ਜੀ ਜਿਮ ਧਾਮੀ ਦੇ ਜਿਮ ਸੀ ਧਾਮੀ ਦਾ ਜਿਮ ਤੇ ਭਾਜੀ ਸਾਈਕਲ ਲੁੰਡਾ ਸਾਈਕਲ ਮੋਰੇ ਆ ਨਾ ਨਵਾਂ ਕਿਹੜਾ ਉਹ ਕੀ ਲੱਗਾ ਹੁੰਦਾ ਉਹ ਐਟਲਸ ਨਹੀਂ ਉਹ ਹੈ ਕੈਰੀਅਰ 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 ਤੇ ਬੈਠ ਕੇ ਗਿਆ ਸੀ ਉਦੋਂ ਮੈਂ ਭਾਜੀ ਉਹਨੇ ਲਾਉਣ ਲੱਗ ਪਏ ਸੀ ਜਿਮ ਲਾਉਣ ਲੱਗ ਪਏ ਤੇ ਮੈਂ ਉਦੋਂ ਫਿਰ ਭਾਜੀ ਨੇ ਮੈਨੂੰ ਨਾ ਟਰੈਡਮਿਲ ਤੇ ਕਰ ਦਿੱਤਾ ਮੈਂ ਟਰੈਡਮਿਲ ਤੇ ਦੌੜਨਾ ਤੇਰੀ ਸਾਈਕਲ ਚਲਾਉਣੀ ਬੜਾ ਭਾਜੀ ਦਿਨ ਵਧੀਆ ਸੀ ਨਾ ਉਹ ਫਸਟ ਟਾਈਮ ਜ਼ਿੰਦਗੀ ਦੇ ਵਿੱਚ ਜਿਮ ਮੈਂ ਨਾ ਸੋ ਉਸ ਤੋਂ ਬਾਅਦ ਫਿਰ ਆਪਾਂ ਹੌਲੀ 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 ਕਰਦੇ ਜਾਈ ਗਏ ਭਾਜੀ ਨਾ ਭਾਈ ਰਾਜੇ ਲੂਚੀ ਦੇ ਕੇਲੇ ਖਾਈ ਦੇ ਹੈ ਨਾ ਲੂਚੀ ਦੇ ਕੇਲੇ ਲਵਾਏ ਲੂਚੀ ਦੇ ਕੇਲੇ ਵੇ ਜਾਣਾ ਸੀ ਮੈਂ ਦੇਣਾ ਉਹਨੇ ਆਪੇ ਬਹੁਤ ਪੈਸੇ ਭਾਈ ਤਾਂ ਚਲੋ ਹੁਣ ਥੋੜਾ ਬਾਹਰ ਬੂਰ ਚਲੇ ਗਏ ਤਾਂ ਕਰਕੇ ਭਾਈ ਨੇ ਜਿਮ ਜੁਮ ਛੱਡ ਦਿੱਤੀ ਫਿਰ ਤੁਹਾਨੂੰ ਪਤਾ ਘਰ ਦੇ ਵੀ ਵਿੱਚ ਕਈ ਹੋ ਜਾਂਦੇ ਹੈ ਨਾ ਤੇ ਨਹੀਂ ਤਾਂ ਭਾਜੀ ਦੀ ਬਾਡੀ ਬਹੁਤ ਸੋਹਣੀ ਸੀਗੀ ਐਨ ਕਟਿੰਗ ਸ਼ੇਪ ਦੇ ਵਿੱਚ ਸੀਗੀ ਭਾਜੀ ਪੂਰੀ ਹੈ ਨਾ ਬਾਡੀ ਵਧੀਆ ਬਣਾਈ ਸੀ ਉਦੋਂ ਕਿਉਂਕਿ ਘਰ ਦੀਆਂ ਖੁਰਾਕਾਂ ਸੀਗੀਆਂ ਪਸ਼ੂ ਰੱਖੇ ਹੋਏ ਸੀ ਅਸਲ ਵਿੱਚ ਦੁੱਧ ਤਾਂ ਹੈਗਾ ਸੀ ਤੇ ਇੱਧਰ ਇਹਨਾਂ ਨੇ ਵੀ ਹੱਲੇ ਰੱਖੇ ਆ ਪਸ਼ੂ ਤੇ ਇਹਨਾਂ ਦੇ ਹੱਲੇ ਕੁਝ ਬਣਿਆ ਹੀ ਨਹੀਂ ਸਾਰੀ ਜਿੰਦਗੀ ਹੋਰ ਵੀ ਲੋਕੀ ਇਹਨਾਂ ਦੇ ਘਰ ਦੇ ਵਿੱਚ ਵੀ ਲੰਘਦੇ ਗਏ ਇਹਨਾਂ ਨੇ ਕਦੀ ਵੀ ਇੱਕ ਵਾਰ ਵੀ ਮੱਥੇ ਤੇ ਤੀੜੀ ਨਹੀਂ ਪਾਈ ਕਹਿੰਦੇ ਆਹ ਦਈ ਸ਼ੀਨੂ ਇਹ ਆ ਜੀ ਸਾਡੀ ਸ਼ੀਨੂ ਬੇਬੀ ਦੇ ਹਾ ਕੀ ਦੇ ਕੇ ਗਈ ਸ਼ੀਨੂ ਦੇ ਖਾਂਦੇ ਆ ਇਹ ਸ਼ੀਨੂ ਨੂੰ ਸੋ ਬਾਕੀ ਅੱਜ ਦਾ ਬਲੌਗ ਕਰਦੇ ਹਾਂ ਜੀ ਇੱਥੇ ਖਤਮ ਕਿਉਂਕਿ ਬਲੌਗ ਥੋੜਾ ਛੋਟਾ ਬਣਾ ਹੋਇਆ ਪਿਆ ਸੀਗਾ ਸੋ ਥੋੜੇ ਜਿਹਾ ਬਿਜ਼ੀ ਹੋਣ ਕਰਕੇ ਨਾ ਹੁਣ ਬਲੌਗ ਛੋਟੇ ਬਣਾ ਹੋ ਰਹੇ ਆ ਸੋ ਉਮੀਦ ਕਰਦਾ ਬਲੌਗ ਤੁਹਾਨੂੰ ਜਿੱਦਾਂ ਦਾ ਵੀ ਇਹ ਦੁਬਈ ਐਕਸਪੀਰੀਅੰਸ ਵਧੀਆ ਲੱਗੇ ਜਿੱਦਾਂ ਦਾ ਵੀ ਮੁੰਡਿਆਂ ਨੇ ਕੀਤਾ ਜੀ ਆ ਥੋੜੀ ਮੇਰੇ ਕੈਮਰੇ ਦੀ ਲੋ ਕਰਕੇ ਤੋ ਬਾਕੀ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਦਾਂ ਦੇ ਲੱਗਦੇ ਆ ਬਲੌਗ ਆਪਣੇ ਬਈ ਆਪਣੇ ਅਸੀਂ ਤਾਂ ਆਪਣੇ ਵੱਲੋਂ ਬਣਾ ਲਈਦੇ ਜਿੱਦਾਂ ਦੇ ਵੀ ਬਣਦੇ ਆ ਅਸੀਂ ਤਾਂ ਬਸ ਫੰਕਸ਼ਨ ਜਿਹੇ ਲਈ ਪਾਈਦੇ ਆ ਠੀਕ ਆ ਜੀ ਕਿ ਸਾਡੀਆਂ ਯਾਦਗਿਰੀਆਂ ਪਈਆਂ ਰਹੂੰਗੀਆਂ ਬਾਕੀ ਤੁਸੀਂ ਸਪੋਰਟ ਕਰੋ
चैनल नूं वध तों वध सबसक्राइब करो जरूर यार, ठीक है। चंगा जी मित्रों, मिलते हैं फिर अगले ब्लॉग दे विच।